ਵੀਰੇ ਫਿਲਮ ਹੈਗੀ ਸ਼ਰਾਰਤੀ ਤੱਤ ਕਿਤਾਬ ਹੈ ਮੰਗਾ ਸਿੰਘ ਅੰਡਾਲ ਦੀ ਜੀਵਨੀ ਹੈ ਉਹਨਾਂ ਨੇ ਆਪਣੀ ਜੀਵਨੀ ਤੇ ਕਿਤਾਬ ਲਿਖੀ ਹੈ ਸੋ ਦੋਵੇਂ ਕਿਤਾਬਾਂ ਦੇ ਵਿੱਚ ਬਹੁਤ ਫਰਕ ਹੈ ਦੋਵਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਹੈ ਸੋ ਮਿੰਟੂ ਗੁਰਸਰੀਆ ਬਾਈ ਦੀ ਜਿਹੜੀ ਲਾਈਫ ਸੀ ਉਹ ਥੋੜੀ ਅਲੱਗ ਤਰ੍ਹਾਂ ਦੀ ਲਾਈਫ ਸੀ ਇਹ ਇਸ ਬੰਦੇ ਦੀ ਜਿਹੜੀ ਜ਼ਿੰਦਗੀ ਉਹ ਟੋਟਲੀ ਅਲੱਗ ਹੈ ਤੇ ਇਹ ਜਿਵੇਂ ਅੱਜ ਦਾ ਨੌਜਵਾਨ ਹੈਗਾ ਕੁਝ ਲੋਕ ਆਪਦੀ ਟੌਰ ਦਿਖਾਉਣ ਲਈ ਹੈ ਨਾ ਅਸਲੇ ਅੱਜ ਜਿਵੇਂ ਯੂਪੀ ਤੋਂ ਆ ਜਾਂਦੇ ਨੇ ਪਤਾ ਨਹੀਂ ਹੈ ਕਿਹਦੀ ਡੱਬ 'ਚ ਕੀ ਲੱਗਿਆ ਹੋਵੇ ਸੋ ਉੱਦਾਂ ਦਾ ਵੀ ਅਸੀਂ ਇੱਕ ਜਿਹੜਾ ਹੈਗਾ ਟੱਚ ਕੀਤਾ ਵਿਸ਼ਾ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੇਵ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਰਾਬਤਾ ਦੋਸਤੋ ਗੱਲਬਾਤ ਕਰਦੇ ਸੀ ਕਿ ਅਸੀਂ ਫਿਲਮਾਂ ਦੀ ਜਾਂ ਕਿਤਾਬਾਂ ਦੀ ਇਸ ਪੈਂਡੇਮਿਕ ਦੇ ਵਿੱਚ ਸ਼ਾਇਦ ਇੱਕ ਟੀਵੀ ਐਸਾ ਜ਼ਰੀਆ ਜਿਸਨੇ ਸਾਨੂੰ ਦੁਨੀਆਂ ਦੇ ਨਾਲ ਜੋੜ ਕੇ ਰੱਖਿਆ ਤੇ ਉਸੇ ਚੱਲਦੇ ਅੱਜ ਅਸੀਂ ਇੱਕ ਗੈਸਟ ਤੁਹਾਡੇ ਰੂਬਰੂ ਕਰ ਰਹੇ ਹਾਂ ਹੁਣ ਬਹੁਤ ਸਾਰੀਆਂ ਫਿਲਮਾਂ ਅਸੀਂ ਦੇਖਦੇ ਹਾਂ ਉਸਨੂੰ ਲਿਖਣ ਦੇ ਜਿਹੜੇ ਰਾਈਟਰ ਹੁੰਦੇ ਨੇ ਉਹਨਾਂ ਦਾ ਬੜਾ ਅਹਿਮ ਹੁੰਦਾ ਕਿ ਉਹਨਾਂ ਨੇ ਤੁਹਾਡੇ ਭਾਵਾਂ ਨੂੰ ਸਮਝਣਾ ਹੁੰਦਾ ਕਿ ਤੁਹਾਨੂੰ ਕਿੱਦਾਂ ਦੀ ਚੀਜ਼ ਵਧੀਆ ਲੱਗੇਗੀ ਕਿੱਦਾਂ ਦੀ ਚੀਜ਼ ਆਡੀਅੰਸ ਸੁਣਨਾ ਪਸੰਦ ਕਰੇਗੀ ਸੋ ਸਾਡੇ ਨਾਲ ਨੇ ਜੀ ਮੰਗਾ ਸਿੰਘ ਅੰਟਾਲ ਜੁਆਇਨ ਕਰ ਰਹੇ ਨੇ ਸਾਨੂੰ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਾਬਤਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਭਾਜੀ ਪਹਿਲਾਂ ਤਾਂ ਸ਼ੁਕਰੀਆ ਦੱਸੋ ਪਰਿਵਾਰ ਕਿਵੇਂ ਹੈ ਸਭ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਕਹਾਣੀ ਬਾਰੇ ਦੇਖੋ ਫਿਲਮ ਤਾਂ ਅਸੀਂ ਰਿਵੀਲ ਨਹੀਂ ਕਰਦੇ ਪਰ ਇਹ ਕਹਾਣੀ ਕਿੱਥੋਂ ਆਈ ਜ਼ਹਿਨ ਦੇ ਵਿੱਚ ਬਾਈ ਜੀ ਇਹ ਕਹਾਣੀ ਅਸਲ ਚ ਤਾਂ ਇਹ ਕੋਈ ਮੈਂ ਫਿਲਮ ਨਹੀਂ ਲਿਖੀ ਸੀ ਕੋਈ ਸਕ੍ਰਿਪਟ ਨਹੀਂ ਲਿਖੀ ਹੈ ਨਾ ਮੈਂ ਤਾਂ ਆਪਣੀ ਆਟੋਬਾਇਓਗ੍ਰਾਫੀ ਲਿਖੀ ਸੀ 2019 ਚ ਤੇ ਉਹ ਪੜ੍ਹੀ ਹਾਂ ਨਾਮ ਸੀ ਉਹਦਾ ਸ਼ਰਾਰਤੀ ਤੱਤ ਜਿਹੜੀ ਕਿਤਾਬ ਸੀ ਹੈ ਨਾ ਤੇ ਉਹ ਪੜ੍ਹੀ ਇੰਨੀ ਗਈ ਤੇ ਉਹ ਇੱਕ ਮਹੀਨੇ ਦੇ ਵਿੱਚ ਉਹ ਇਹਨੇ ਕੋਲ ਪ੍ਰੋਡਿਊਸਰ ਨੇ ਪੜ੍ਹ ਲਈ ਹੈ ਨਾ ਕਈ ਪ੍ਰੋਡਿਊਸਰ ਨੇ ਪੜ੍ਹੀ ਤੇ ਉਹਨਾਂ ਦੀ ਕਾਲ ਆਈ ਉਹਨਾਂ ਨੂੰ ਲੱਗਿਆ ਕਿ ਇਸ ਵਿਸ਼ੇ ਤੇ ਕਿਤਾਬ ਮਤਲਬ ਫਿਲਮ ਬਣਨੀ ਚਾਹੀਦੀ ਹੈ ਹੈ ਨਾ ਤੇ ਉਹ ਫਿਰ ਕਈ ਪ੍ਰੋਡਿਊਸਰ ਨਾਲ ਗੱਲਬਾਤ ਹੋਈ ਤੇ ਜਿਹੜੇ ਮਤਲਬ ਆਪਾਂ ਨੂੰ ਲੱਗੇ ਕਿ ਇਹ ਕਰ ਰਹੇ ਨੇ ਜਾਂ ਇਹ ਐਵੇਂ ਦੀ ਫਿਲਮ ਬਣਾ ਸਕਦੇ ਨੇ ਹਨਾ ਤੇ ਉਹਨਾਂ ਨਾਲ ਆਪਣੀ ਡੀਲ ਹੋ ਗਈ ਹਾਂਜੀ ਤੇ ਭਾਜੀ ਇਹ ਅਸੀਂ ਪੋਸਟਰ ਦੇਖ ਕੇ ਬੜੀ ਮਤਲਬ ਬੜੀ ਦਮਦਾਰ ਐਕਸ਼ਨ ਫਿਲਮ ਹੈ ਡਾਕੂਆਂ ਦਾ ਮੁੰਡਾ 2 ਅਗਰ ਅਸੀਂ ਉਸ ਰੂਪ ਦੇ ਵਿੱਚ ਅਸੀਂ ਦੇਖਦੇ ਆ ਕਿ ਮੰਗਾ ਸਿੰਘ ਅੰਤਾਲ ਨੇ ਉਹ ਵੀ ਚੀਜ਼ਾਂ ਹੰਡਾਈਆਂ ਨੇ ਜਿਹੜੀਆਂ ਅਸੀਂ ਇਸ ਪੋਸਟਰ ਦੇ ਵਿੱਚ ਉਹ ਭਾਵ ਦੇਖ ਸਕਦੇ ਹਾਂ ਨਹੀਂ ਉਹ ਭਾਜੀ ਕੋਈ ਪ੍ਰੋਫੈਸ਼ਨਲ ਨਹੀਂ ਸੀ ਹੁੰਦੇ ਅਸੀਂ ਮਤਲਬ ਜਿਹੜਾ ਅੱਜ ਇੱਕ ਕਲਚਰ ਹਾਂ ਜਿਹੜਾ ਅੱਜ ਇੱਕ ਕਲਚਰ ਹੈ ਨਾ ਕਿ ਗੈਂਗਸਟਰ ਮਤਲਬ ਉਹ ਕੋਈ ਜੋਬ ਹੈ ਮਤਲਬ ਅੱਜ ਨਾ ਉਹਨੂੰ ਇੱਕ ਜੋਬ ਮੰਗੂ ਐ ਵੀ ਗੈਂਗਸਟਰ ਬਣ ਗਿਆ ਜੀ ਹਨਾ ਉਦੋਂ ਗੈਂਗਸਟਰ ਸ਼ਬਦ ਨਹੀਂ ਸੀ ਹੈਗਾ ਮਤਲਬ ਉਦੋਂ ਉਹੀ ਸੀ ਕਿ ਇੱਕ ਦੂਜੇ ਨਾਲ ਲਾਗ ਡਾਟ ਇੱਕ ਦੂਜੇ ਨਾਲ ਮਤਲਬ ਖਹਿਬਾਜੀ ਹਨਾ ਤੇ ਫਿਰ ਉਹ ਖਹਿਬਾਜੀ ਤੋਂ ਜਦੋਂ ਮਤਲਬ ਹੋਰ ਲੋੜਾਂ ਜਿਹੜੀਆਂ ਘਰੋਂ ਪੈਸੇ ਨਾਲ ਨਹੀਂ ਪੂਰੀਆਂ ਹੁੰਦੀਆਂ ਸੀ ਉਹਦੇ ਲਈ ਜੁਗਾੜ ਜਿਵੇਂ ਕਿਸੇ ਦੀ ਇਲੈਕਸ਼ਨ 'ਚ ਮਦਦ ਕਰਤੀ ਹੈ ਨਾ ਕਿਸੇ ਦਾ ਕੋਈ ਕਬਜ਼ਾ ਲੈ ਲਿਆ ਉਹ ਤੋਂ ਪੈਸੇ ਲੈ ਲਏ ਥੋੜੇ ਬਹੁਤੇ ਮਤਲਬ ਉਹ ਕੋਈ ਪ੍ਰੋਫੈਸ਼ਨਲ ਨਹੀਂ ਸੀ ਹੈਗਾ ਤੇ ਉਹ ਫਿਰ ਫਿਲਮ ਵਾਲਿਆਂ ਨੇ ਥੋੜਾ ਜਿਹਾ ਤਾਂ ਦੇਖੋ ਜੀ ਉਹਨੂੰ ਉਵੇਂ ਬਣਾਉਣਾ ਹੈ ਨਾ ਜਿਹੜਾ ਸਕਰੀਨ ਦਾ ਹੁੰਦਾ ਹਾਂ ਸੋ ਇੱਕ ਮੈਂ ਸਮਝਦਾ ਸਾਡੇ ਸਮਾਜ ਦਾ ਕਲਚਰ ਦੇ ਵਿੱਚ ਇੱਕ ਇਹ ਕੈਰੇਕਟਰ ਹੁੰਦਾ ਹੀ ਹੁੰਦਾ ਹੈ ਮੋਸਟਲੀ ਅਸੀਂ ਜ਼ਰੂਰ ਦੇਖਿਆ ਆਪਣੇ ਆਸ ਪਾਸ ਉਸ ਟਾਈਮ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਤੁਹਾਡੀ ਗੱਲ ਸਹੀ ਹੈ ਕਿ ਉਹਨੂੰ ਨਾਮ ਨਹੀਂ ਸੀ ਕਿਸੇ ਨੇ ਦਿੱਤਾ ਗੈਂਗਸਟਰ ਦਾ ਪਰ ਉਹ ਕਹਿੰਦੇ ਹੁੰਦੇ ਨੇ ਕਿ ਕਿਸੇ ਨੂੰ ਬੜੇ ਮਿਨੀਮਲ ਲੈਵਲ ਦੇ ਉੱਤੇ ਬੜੇ ਛੋਟੇ ਲੈਵਲ ਦੇ ਉੱਪਰ ਹੀ ਆਪਸ ਦੇ ਵਿੱਚ ਹੀ ਦਬਦਬਾ ਬਣਾਉਣ ਦੇ ਸ਼ੌਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਕੈਰੇਕਟਰ ਤੁਸੀਂ ਇਸ ਦੇ ਵਿੱਚ ਕਹਿੰਦੇ ਹੋ ਕਿਤਾਬ ਦੇ ਵਿੱਚ ਜਾਂ ਸਾਡੀ ਫਿਲਮ ਦੇ ਵਿੱਚ ਲਿਖਿਆ ਜੀ ਹਾਂਜੀ ਉਹ ਜਿਵੇਂ ਭਾਜੀ ਅਸਲ ਚ ਕੀ ਸੀ ਕਿ ਬਹੁਤ ਲੋੜਾਂ ਸੀ ਜਦੋਂ ਮਤਲਬ ਜਦੋਂ ਇਹ ਗੇਮ ਛੁੱਟ ਗਈ ਹੈ ਨਾ ਜਦੋਂ ਗਰੁੱਪਵਾਦੀ ਹੋ ਗਈ ਜਦੋਂ ਡਰੱਗਸ ਆ ਗਈ ਹੈ ਨਾ ਹੋਰ ਲੋੜਾਂ ਆ ਗਈਆਂ ਨਸ਼ਾ ਆ ਗਿਆ ਜਦੋਂ ਫਿਰ ਉਹਦੀਆਂ ਲੋੜਾਂ ਸੀ ਜਿਹੜੀਆਂ ਉਹਦੇ ਲਈ ਵੀ ਥੋੜਾ ਬਹੁਤਾ ਜਿਵੇਂ ਮੰਨ ਲਓ ਕਿਸੇ ਦੀ ਇਲੈਕਸ਼ਨ ਹੈ ਕੋਈ ਬੂਥ ਕੈਪਚਰਿੰਗ ਹੈ ਨਾ ਕੋਈ ਕਿਸੇ ਦਾ ਕੋਈ ਹੈਲਪ ਕਰਨੀ ਹੈ ਥੋੜੀ ਬਹੁਤੀ ਕਿਸੇ ਦਾ ਕੋਈ ਜ਼ਮੀਨ ਨਹੀਂ ਛੱਡਦਾ ਉੱਥੋਂ ਫਿਰ ਅਸੀਂ ਜਿਵੇਂ ਜਿਹੜੀਆਂ ਸਾਡੀਆਂ ਲੋੜਾਂ ਸੀ ਉਹ ਅਸੀਂ ਐਂ ਪੂਰੀਆਂ ਕਰਦੇ ਸੀ ਮਤਲਬ ਐਂ ਨਹੀਂ ਸੀ ਕੋਈ ਕਿ ਉੱਥੋਂ ਪੈਸਾ ਕਮਾ ਕੇ ਕੋਈ ਬਿਜ਼ਨਸ ਚਲਾ ਰਹੇ ਸੀ ਕੋਈ ਘਰੇ ਪੈਸੇ ਦੇ ਰਹੇ ਸੀ ਜਾਂ ਕੋਈ ਅੰਪਾਇਰ ਨਹੀਂ ਸੀ ਖੜਾ ਕਰ ਰਹੇ
ਉਹ ਜਿਵੇਂ ਉਹ ਚੱਲ ਸਮਝ ਨੈਚੁਰਲ ਸੀ, ਹਾਂ ਨੈਚੁਰਲ ਸੀ ਉਹ। ਤੇ ਭਾਜੀ ਇਹ ਇਸ ਦੇ ਵਿੱਚੋਂ ਦੇਖੋ ਇੰਨੀ ਗੁੰਝਲਦਾਰ ਇੱਕ ਮੈਂ ਸਮਝਦਾ ਕਿ ਵੱਖਰੀ ਦੁਨੀਆ ਹੈ, ਉਹ ਤੋਂ ਵਾਪਸ ਆਉਣਾ ਮਤਲਬ ਮੇਰੇ ਅਸੀਂ ਹੁਣ ਤੱਕ ਦੇਖਿਆ ਕਿ ਇੰਪੋਸੀਬਲ ਹੀ ਸੁਣਿਆ ਮੋਸਟਲੀ ਕੇਸਾਂ ਦੇ ਵਿੱਚ, ਤੇ ਇਹ ਵਾਪਸ ਜਿਹੜਾ ਉੱਥੋਂ ਆਉਣਾ ਇਹ ਕਿੱਦਾਂ ਦਾ ਤੁਹਾਡਾ ਸਬਬ ਬਣਿਆ? ਕਿਉਂਕਿ ਸਾਡਾ ਮਕਸਦ ਹਮੇਸ਼ਾ ਇਹੀ ਹੁੰਦਾ ਕਿ ਚੀਜ਼ ਗਲਤ ਆਉਂਦੀ ਹੈ ਲੇਕਿਨ ਉਸਦਾ ਅਗਰ ਕਿਤੇ ਸੁਧਰਿਆ ਰੂਪ ਮਿਲਦਾ ਜਾਂ ਉਸ ਨੂੰ ਸੁਧਾਰਨ ਦਾ ਕੋਈ ਤਰੀਕਾ ਲੋਕਾਂ ਦੇ ਨਜ਼ਰ ਹੁੰਦਾ ਤਾਂ ਸ਼ਾਇਦ ਅਸੀਂ ਆਪਣੇ ਆਪ ਨੂੰ ਸਕਸੈਸਫੁਲ ਸਮਝਾਂਗੇ ਕਿ ਇੱਕ ਅਸੀਂ ਮੈਸੇਜ ਜ਼ਰੂਰ ਲਾਉਂਦੇ ਹਾਂ, ਸਾਡੇ ਵੱਲੋਂ ਇਹ ਮੈਸੇਜ ਇਹ ਆਪਣੇ ਵੱਲੋਂ ਹੋਊਗਾ। ਨਹੀਂ ਉਹ ਭਾਜੀ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਜੇ ਬੰਦਾ ਕੋਈ ਘਰ ਦਾ ਬੱਚਾ ਵਿਗੜਦਾ ਹੈ ਨਾ, ਜਾਂ ਕੋਈ ਵਿਗੜ ਤੋਂ ਬਚ ਜਾਂਦਾ, ਵਿਗੜ ਕੇ ਵਾਪਸ ਆਉਂਦਾ ਹੈ ਨਾ, ਉਹਦੇ ਚੋਂ ਬੱਚੇ ਦਾ ਇਕੱਲੇ ਦਾ ਜਾਂ ਉਸ ਬੰਦੇ ਦਾ ਇਕੱਲੇ ਦਾ ਯੋਗਦਾਨ ਨਹੀਂ ਹੁੰਦਾ। ਜੇ ਮੈਂ ਕਹਾਂ ਮੈਂ ਕੋਈ ਫਾਈਟਰ ਹਾਂ, ਮੈਂ ਇਹ ਕਰਿਆ ਮੈਂ ਇਹ ਕਰਿਆ, ਐਵੇਂ ਦਾ ਮੈਨੂੰ ਨਹੀਂ ਲੱਗਦਾ ਕੁਛ ਹੁੰਦਾ। ਮੈਨੂੰ ਲੱਗਦਾ ਕਿ ਤੁਹਾਡੇ ਨਾਲ ਬਹੁਤ ਕੁਛ ਚੱਲ ਰਿਹਾ ਹੁੰਦਾ। ਮੇਰੇ ਮੇਰੀ ਮਾਂ ਦੀ ਜਿਹੜੀ ਬੀਬੀ ਦੀ ਹੈ ਨਾ, ਜਿਹੜੀ ਮੈਨੂੰ ਸਿੱਖਿਆ, ਮੇਰੇ ਪਿਓ ਦੀ ਜਿਹੜੀਆਂ ਝਿੜਕਾਂ, ਮੇਰੇ ਚਾਚੇ ਦਾ ਇਹ, ਮੇਰੇ ਦੋਸਤ ਮਿੱਤਰ ਹੈ ਨਾ, ਉਹ ਸਾਰੇ ਹੀ ਨਾਲ ਸੀ। ਕਿਉਂਕਿ ਅਸੀਂ ਕੋਈ ਅਸੀਂ ਐਂ ਨਹੀਂ ਸੀ ਬਣਨਾ ਚਾਹੁੰਦੇ, ਨਾ ਤਾਂ ਮੈਂ ਕੋਈ ਨਸ਼ੇੜੀ ਬਣਨਾ ਚਾਹੁੰਦਾ ਸੀ, ਮੈਂ ਕਲੀਅਰ ਸੀ ਹੈ ਨਾ, ਤੇ ਨਾ ਹੀ ਮੈਂ ਕੋਈ ਬਿਲਕੁਲ ਗੁੰਡਾ ਬਣਨਾ ਚਾਹੁੰਦਾ ਸੀ। ਉਹ ਠੀਕ ਹੈ ਕਿ ਉਹ ਕੋਈ ਰਸਤਾ ਨਹੀਂ ਸੀ, ਮਤਲਬ ਜਾਂ ਕਹਿ ਲਓ ਜ਼ਿਆਦਾ ਬੇਫਿਕਰੇ ਸੀ ਅਸੀਂ, ਮੈਨੂੰ ਲੱਗਦਾ ਮੈਂ ਲਾਪਰਵਾਹ ਜ਼ਿਆਦਾ ਸੀ। ਉਹ ਲਾਪਰਵਾਹੀ 'ਚ ਜੋ ਰਸਤੇ ਮਿਲੀ ਗਏ, ਉਹ ਮਤਲਬ ਜਿਨ੍ਹਾਂ 'ਚ ਮਜ਼ਾ ਆਈ ਗਿਆ, ਜਿਨ੍ਹਾਂ 'ਚ ਹਾਈਬਾਜੀ ਆਈ ਗਈ ਹੈ ਨਾ, ਹਾਈਬਾਜੀ ਇੱਕ ਇੱਕ ਫੀਲ ਹੈ ਕਿ ਮੈਂ ਘੈਂਟ ਹੈ, ਉਹ ਉੱਧਰ ਜਾਏਗੇ, ਪਰ ਵਾਪਸ ਆਉਣਾ ਹੀ ਸੀ। ਮਤਲਬ ਇਹ ਮੈਨੂੰ ਮੈਨੂੰ ਪਤਾ ਸੀ ਕਿ ਮੈਂ ਇਹੋ ਜਿਹਾ ਨਹੀਂ ਹੈਗਾ, ਮੈਂ ਵਾਪਸ ਆਉਣੀ ਸੀ। ਮੈਨੂੰ ਅੰਦਰ ਕਿਤੇ ਨਾ ਕਿਤੇ ਉਹ ਗਟਸ ਹੈਗੇ ਸੀ। ਫਿਰ ਉਹ ਮੇਰੀ ਵਾਈਫ ਹੈ ਨਾ, ਮੇਰੀ ਮਾਂ, ਮੇਰੇ ਦੋਸਤ ਮਿੱਤਰ, ਉਹ ਸਾਰਿਆਂ ਦੀ ਇੱਕ ਸਪੋਰਟ ਸੀ, ਜਿਹਦੇ ਕਰਕੇ ਮੈਂ ਪਹਿਲਾਂ ਤਾਂ ਉਹ ਮਤਲਬ ਉਹ ਜਿਹੜਾ ਪੈਸੇ ਲੈ ਕੇ ਕਤਲ ਕਰਨ ਵਾਲੀ ਗੱਲ ਹੈ ਜਿਹੜੀ ਹੈ ਨਾ, ਉਹ ਉੱਧਰ ਅਸੀਂ ਗਏ ਹੀ ਨਹੀਂ ਹੈਗੇ, ਉੱਥੋਂ ਵਾਪਸ ਆ ਗਏ ਮਤਲਬ ਹੱਥ ਲਾ ਕੇ ਟੱਚ ਕਰਕੇ ਹੈ ਨਾ। ਤੇ ਫਿਰ ਐਵੇਂ ਜਿਹੜਾ ਗਾਹਾਂ ਜਿਹੜੀ ਹੋਰ ਦੁਨੀਆ ਜਿਹੜੀ ਜਿੱਥੇ ਵਸੀ ਨਹੀਂ ਰਹਿੰਦਾ, ਮਤਲਬ ਇੱਥੋਂ ਤੁਸੀਂ ਵਾਪਸ ਆ ਸਕਦੇ ਹੋ, ਇਹ ਝੂਠ ਹੁੰਦਾ ਕਿ ਬੰਦਾ ਵਾਪਸ ਨਹੀਂ ਆ ਸਕਦਾ ਹੈ ਨਾ। ਜਿੱਦ ਬੈਂਸ ਹੈ ਜਿਹੜੀ, ਉਹ ਪਿੰਡ 'ਚ ਵੀ ਹੁੰਦੀ ਹੈ, ਪਿੰਡ 'ਚ ਵੀ ਕਤਲ ਹੋ ਜਾਂਦੇ ਨੇ ਨਾ, ਉਹ ਕੋਈ ਇਹ ਨਹੀਂ ਕਿ ਗੈਂਗਸਟਰ ਹੈ ਤਾਂ ਉਹ ਵਾਪਸ ਨਹੀਂ ਆ ਸਕਦਾ, ਐਵੇਂ ਦਾ ਕੋਈ ਨਹੀਂ, ਕੋਈ ਤੁਹਾਡੇ ਪਿੱਛੇ ਨਹੀਂ ਪੈਂਦਾ, ਤੁਹਾਡੇ ਉਹ ਗਲਤ ਕੰਮ ਨੇ ਤੁਸੀਂ ਛੱਡ ਕੇ ਪਿੱਛੇ ਮੁੜ ਸਕਦੇ ਹੋ ਹੈ ਨਾ, ਕੇਸ ਵਾਪਸ ਹੋ ਜਾਂਦੇ ਨੇ, ਕੇਸ ਚਾਰਜ ਹੋ ਜਾਂਦੇ ਨੇ। ਪਰ ਜਿਹੜਾ ਦੂਸਰਾ ਰਸਤਾ ਸੀ ਭਾਜੀ, ਜਿਹੜਾ ਜਿਹੜੇ ਪੰਜਾਬ ਦੀ ਜਾਂ ਅੱਜ ਦਾ ਸਾਰੇ ਸੰਸਾਰ 'ਚ ਸਰਵ ਵਿਆਪਕ ਹੈ ਜਿਹੜਾ ਡਰੱਗਸ ਹੈ ਨਾ, ਉੱਥੋਂ ਵਾਪਸ ਆਉਣਾ ਇੱਕ ਬੰਦੇ ਦੇ ਬਸ ਨਹੀਂ ਹੈਗਾ। ਉਹ ਇੱਕ ਵੱਡਾ ਵੱਡੀ ਸਟੋਰੀ ਹੈ ਜਿਹਦੇ ਕਰਕੇ ਜਿਹੜੀ ਆਟੋਬਾਇਓਗ੍ਰਾਫੀ, ਮਤਲਬ ਜੇ ਮੈਨੂੰ ਕੋਈ ਕਹੇ ਤੂੰ ਲੇਖਕ ਨਹੀਂ ਹੈਗਾ, ਤੂੰ ਨਾਵਲ ਨਹੀਂ ਲਿਖਿਆ, ਤੂੰ ਕੋਈ ਮਸ਼ਹੂਰ ਬੰਦਾ ਨਹੀਂ ਸੀ ਐਡਾ ਹੈ ਨਾ, ਤੂੰ ਕਬੱਡੀ ਖੇਡੀ ਆ, ਕਬੱਡੀ ਵਾਲੇ ਆਮ ਹੀ ਨੇ, ਤੇਥੋਂ ਵੱਧ ਕਬੱਡੀ ਖੇਡਣ ਵਾਲੇ ਹੈਗੇ ਹੈ ਨਾ, ਕਿ ਤੈਨੂੰ ਕਿਤਾਬ ਲਿਖਣ ਦੀ ਕੀ ਲੋੜ ਪੈ ਗਈ? ਮੰਨ ਲਓ ਮੈਨੂੰ ਤੁਸੀਂ ਵੀ ਸਵਾਲ ਕਰਦੇ ਹੋ ਕਿ ਤੈਨੂੰ ਆਟੋ ਬਾਇਓਗ੍ਰਾਫੀ ਕਿਉਂ ਲਿਖੀ, ਤੂੰ ਐਡਾ ਕੀ ਸੀ? ਅਸਲ 'ਚ ਉਹ ਮੈਨੂੰ ਇਹ ਸੀ ਕਿ ਉਹ ਜਿਹੜੇ ਤਜਰਬੇ, ਜਿਹੜੇ ਉਹ ਟੂਲ ਜਿਨ੍ਹਾਂ ਕਰਕੇ ਮੈਂ ਮਤਲਬ ਮਰ ਕੇ ਵਾਪਸ ਆ ਗਿਆ ਹੈ ਨਾ, ਮਤਲਬ ਮੇਰੇ ਕੋਈ ਵੀ ਵੇਨ ਨਹੀਂ ਜਿਹੜੀ ਭਾਜੀ, ਜਿਹੜੀ ਚੱਜ ਆਪਾਂ ਬਲੱਡ ਕੱਢ ਸਕੀਏ ਜਾਂ ਬਲੱਡ ਚੜਾ ਸਕੀਏ, ਉਹ ਉਹ ਹੈ ਨਹੀਂ, ਮਤਲਬ ਉਹ ਤਾਰਾਂ ਬਣ ਚੁੱਕੀਆਂ ਨੇ ਹੈ ਨਾ। ਤੇ ਪਰ ਉੱਥੋਂ ਮੈਂ ਬਚ ਗਿਆ ਹੈ ਨਾ, ਮੈਨੂੰ ਬਚਾ ਲਿਆ ਗਿਆ ਮੇਰੀ ਵਾਈਫ ਨੇ, ਮੇਰੇ ਮਿੱਤਰਾਂ ਨੇ ਹੈ ਨਾ। ਤੇ ਉਹ ਮਤਲਬ ਮੈਨੂੰ ਇਹ ਸੀ ਕਿ ਮੈਂ ਉਹ ਤਜਰਬੇ ਨੇ ਜਿਹੜੇ, ਉਹ ਬਚ ਕੇ ਕਿਵੇਂ ਰਿਹਾ ਜਾਵੇ ਹੈ ਨਾ, ਜਾਂ ਕਿਵੇਂ ਕੋਈ ਵਾਪਸ ਆ ਜਾਵੇ, ਕਿ ਉਹ ਮੈਂ ਤਜਰਬੇ ਲਿਖਾਂ। ਬਸ ਇਸ ਕਰਕੇ ਮੇਰਾ ਉਹ ਮੇਰੇ ਅੰਦਰ ਸੀ ਕਿ ਮੈਂ ਲਿਖਾਂ ਕਿਵੇਂ। ਫਿਰ ਉਹ ਮੈਨੂੰ ਲੱਗਦਾ ਸੀ ਕਿ ਮੈਂ ਕਦੇ ਕੁਛ ਲਿਖਿਆ ਨਹੀਂ, ਕਿਉਂਕਿ ਮੈਂ ਸਪੋਰਟਸ ਵਾਲਾ ਸੀ ਹੈ ਨਾ, ਮੈਂ ਤੋਂ ਤਾਂ ਭਾਜੀ ਕਦੇ ਆਹ ਨਹੀਂ ਸੀ ਹੁੰਦਾ, ਕੀ ਹੁੰਦਾ, ਪੇਪਰ ਨਹੀਂ ਸੀ, ਸ਼ੀਟਾਂ ਨਹੀਂ ਸੀ ਪੂਰੀਆਂ ਭਰ ਹੋਈਆਂ ਹੈ ਨਾ, ਉਹ ਵੀ ਮੈਂ ਅੱਧੀਆਂ ਛੱਡ ਕੇ ਆਉਂਦਾ ਸੀ ਕਿਉਂਕਿ ਸਪੋਰਟਸ ਵਾਲਾ ਸੀ। ਫਿਰ ਉਹ ਜਦੋਂ ਮਿੰਟੂ ਬਾਈ ਦੀ ਕਿਤਾਬ ਦੇਖੀ ਹੈ ਨਾ, ਮੈਂ ਅਜੇ ਪੜ੍ਹੀ ਨਹੀਂ ਸੀ ਉਹ, ਕਿ ਉਹ ਉਹਦੀ ਚਰਚਾ ਸੁਣੀ ਕਿ ਬਈ ਇਹ ਐਂ ਕਿਤਾਬ ਹੈ। ਫਿਰ ਇੱਕ ਹੋਰ ਆਟੋਬਾਇਓਗ੍ਰਾਫੀ ਸੀ, ਸੁਖਜੀਤ ਆ ਕਹਾਣੀਕਾਰ ਹੈ ਨਾ, ਉਹਨੇ ਲਿਖੀ। ਮੈਨੂੰ ਲੱਗਿਆ ਕਿ ਵੀ ਮੈਨੂੰ ਵੀ ਲਿਖਣੀ ਚਾਹੀਦੀ ਹੈ, ਮਤਲਬ ਕਿ ਵੀ ਉਹ ਤਜਰਬੇ, ਕਿਉਂਕਿ ਜਿਹੜੇ ਉਹਨਾਂ ਨੇ ਨਹੀਂ ਲਿਖੇ ਹੈ ਨਾ, ਜਿਹੜੇ ਮੇਰੇ ਨਾਲ ਹੋਏ ਨੇ, ਜਿਹਨਾਂ ਨਾਲ ਬੰਦਾ ਠੀਕ, ਮੰਨ ਲਓ ਤੁਸੀਂ ਬੰਦਾ ਰੀਹੈਬ ਚ ਭੇਜਦਾ ਜਾਂ ਉਹਨੇ ਮੈਡੀਸਨ ਲੈ ਲਈ, ਉਹ ਠੀਕ ਹੋ ਗਿਆ, ਠੀਕ ਹੋਣ ਤੋਂ ਬਾਅਦ ਉਹ ਫਿਰ ਲੈਪਸ ਹੋ ਜਾਂਦਾ। ਇਹ ਤੁਸੀਂ ਆਪਣੇ ਆਲੇ ਦੁਆਲੇ, ਹਾਂਜੀ, ਉਹ ਜਿਹੜਾ ਕਿਉਂ ਹੋ ਜਾਂਦਾ ਹੈ ਨਾ, ਵੀ ਕਿਉਂ ਨਾ ਹੋਵੇ, ਕਿਉਂ ਹੋ ਜਾਂਦਾ ਤੇ ਕਿਉਂ ਨਾ ਹੋਵੇ, ਉਹੀ ਇਸ ਕਿਤਾਬ ਦੇ ਜ਼ਰੀਏ ਮੈਂ ਕਹਿਣਾ ਸੀ, ਅਸਲ ਚ ਇਹ ਗੱਲ ਸੀ। ਨਹੀਂ ਨਹੀਂ ਬਹੁਤ ਅੱਛੀ ਗੱਲ ਹੈ ਜੀ, ਔਰ
ਤੁਹਾਡੇ ਕਹਿਣ ਦੇ ਅਨੁਸਾਰ ਕਿਤਾਬ ਦੇ ਵਿੱਚ ਉਹ ਗੱਲਾਂ ਨੂੰ ਬਾਖੂਬੀ ਫਿਲਮ ਦੇ ਵਿੱਚ ਜਾਂ ਕਿਤਾਬ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਮੁੜਿਆ ਜਾ ਸਕਦਾ ਹੈ, ਕਿੱਥੋਂ ਮੁੜਨਾ ਪੋਸੀਬਲ ਹੈ, ਕਿਵੇਂ ਪੋਸੀਬਲ ਹੈ, ਕਿਹੜੀਆਂ ਗੱਲਾਂ ਨੂੰ ਅਵੋਇਡ ਕਰਕੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਇੱਕ ਚੰਗੀ ਜ਼ਿੰਦਗੀ ਜਿਉਂ ਜਾ ਸਕਦੀ ਹੈ। ਬਿਲਕੁਲ ਤੇ ਹੁਣ ਰਹੀ ਗੱਲ ਭਾਜੀ, ਫਿਲਮ ਦਾ ਅਸੀਂ ਪੋਸਟਰ ਹੀ ਦੇਖਿਆ, ਕੋਈ ਟ੍ਰੇਲਰ ਵਗੈਰਾ ਕਿੱਥੇ ਆ, ਇਹਦਾ ਸਟੇਟਸ ਕੀ ਹੈ ਫਿਲਮ ਦਾ ਇਸ ਟਾਈਮ? ਸਟੇਟਸ ਭਾਜੀ ਇਹ 23 ਜੁਲਾਈ ਜਿਹੜੀ ਆ ਰਹੀ ਹੈ ਇਹਨੂੰ ਰਿਲੀਜ਼ ਹੋਣੀ ਸੀ, ਹੈ ਨਾ, ਹਾਂਜੀ ਬਣ ਕੇ ਤਿਆਰ ਹੈ ਤੇ ਹਾਂਜੀ ਉਹ ਡਿਊ ਟੂ ਕੋਰੋਨਾ, ਹੈ ਨਾ, ਅਜੇ ਲੋਕ ਥੀਏਟਰ 'ਚ ਉਵੇਂ ਨਹੀਂ ਆ ਰਹੇ ਜਾਂ ਅਜੇ ਹਾਂਜੀ ਥੀਏਟਰ ਉਵੇਂ ਹਾਂਜੀ ਨਹੀਂ ਖੁੱਲੇ। ਹਾਂ ਉਹ ਇਸ ਕਰਕੇ ਹੋ ਸਕਦਾ ਵੀ ਨਵੰਬਰ ਦਸੰਬਰ, ਮਤਲਬ ਦਸੰਬਰ ਦੇ ਨੇੜੇ ਤੇੜੇ ਰਿਲੀਜ਼ ਹੋ ਜਾਵੇ, ਇਹ ਬਿਲਕੁਲ, ਸਟੇਟਸ। ਚਲੋ ਉਡੀਕ ਰਹੇਗੀ ਜੀ। ਔਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਨਾ ਦੇਖਦੇ ਹਾਂ ਕਿ ਪੋਸਟਰ ਦੇਖਣ ਸਾਰ ਐਕਸ਼ਨ ਫਿਲਮ ਨਜ਼ਰ ਆਉਂਦੀ ਹੈ ਤੇ ਬਹੁਤ ਸਾਰੇ ਸਾਨੂੰ ਵੀ, ਅਸੀਂ ਪੋਸਟਰ ਕਦੇ ਸ਼ੇਅਰ ਕਰ ਦਿੰਦੇ ਹਾਂ, ਸਵਾਲ ਆ ਜਾਂਦਾ ਕਿ ਯਾਰ ਤੁਸੀਂ ਐਕਸ਼ਨ ਵਾਲੀਆਂ ਫਿਲਮਾਂ, ਗੁੰਡਾਗਰਦੀ ਵਾਲੀਆਂ ਫਿਲਮਾਂ, ਪਰ ਮੈਨੂੰ ਲੱਗਦਾ ਕਿ ਕਿਸੇ ਤਰੀਕੇ ਦੇ ਨਾਲ ਅਗਰ ਰਸੌਂਦ ਦੇਣੀ ਹੈ ਤਾਂ ਗੁੜ ਚ ਪਾ ਕੇ ਦੇਣੀ ਪੈਂਦੀ ਹੈ ਤਾਂ ਕਿ ਨਹੀਂ ਅਸਰ ਭਾਜੀ, ਕਰੇ। ਘੱਟੋ ਘੱਟ ਤੁਸੀਂ ਜਿਹੜੀ ਗੱਲ ਨੂੰ ਮੈਂ ਕਿਤਾਬ ਲਿਖੀ ਹੈ ਉਸ ਗੱਲ ਨੂੰ ਹਾਂਜੀ ਚਾਹੇ 2 ਡਾਇਲੋਗ ਬੋਲ ਕੇ, ਚਾਹੇ 4 ਡਾਇਲੋਗ ਬੋਲ ਕੇ, 2 ਮਿੰਟ ਦਾ ਸੀਨ ਬੋਲ ਬਿਲਕੁਲ ਕੇ ਉਹ ਕਨਵੇ ਕਰ ਹਾਂਜੀ ਦੋ। ਉਹ ਆਪਣੀ ਸ਼ਿਰਤ ਉਹਨਾਂ ਨਾਲ ਇਹ ਸੀ, ਬਸ ਬਿਲਕੁਲ ਇੱਕ ਇਹ ਸੀ ਕਿ ਜਿਹੜੇ ਕੋਈ ਜਿਹੜੇ 'ਚ ਮਤਲਬ ਅਸਲ ਕਰੈਕਟਰ ਨੇ, ਹੈ ਨਾ, ਜਿਹੜੇ ਅਸਲ ਨਾਮ ਹਾਂਜੀ ਨਾਲ ਨੇ, ਉਹ ਵੀ ਹਾਂਜੀ ਉਹਨਾਂ ਦਾ ਤੁਸੀਂ ਕਰੈਕਟਰ ਮਤਲਬ ਉਹਨਾਂ ਦਾ ਪਾਰਟ ਚੀਰ ਨਾ ਕਰੋ, ਉਹਨਾਂ ਨੂੰ ਮਤਲਬ ਉਵੇਂ ਨਾ ਦਿਖਾ ਦਿਓ ਜਿਵੇਂ ਉਹ ਨਹੀਂ ਹੁੰਦੇ ਫਿਲਮ ਦਾ ਟਵਿਸਟ ਦੇਣ ਲਈ। ਪਰ ਉਹ ਜਦੋਂ ਉਹਨਾਂ ਨੇ ਕਿਤਾਬ ਨੂੰ 2 ਵਾਰ ਪੜ੍ਹਿਆ, 3 ਵਾਰ ਪੜ੍ਹਿਆ, ਹੈ ਨਾ, ਉਹ ਕਹਿੰਦੇ ਸਾਨੂੰ ਲੋੜ ਹੀ ਹਾਂਜੀ ਨਹੀਂ ਕੋਈ ਛੇੜਛਾੜ ਕਰਨ ਦੀ ਕਿ ਅਸੀਂ ਇਹ 'ਚ ਚਾਹੇ 4 ਫਿਲਮਾਂ ਬਣਾ ਲਈਏ, ਇੰਨਾ ਇਹਦੇ 'ਚ ਮੈਟਰ ਪਿਆ, ਹੈ ਨਾ। ਠੀਕ ਹੈ ਜੀ। ਨਹੀਂ ਚਲੋ ਅੱਛੀ ਗੱਲ ਹੈ ਜੀ। ਔਰ ਅਸੀਂ ਵੀ ਇਹੀ ਗੱਲ ਕਰਦੇ ਹਾਂ ਕਿ ਕੋਈ ਵੀ ਕੰਟੈਂਟ ਹੈ ਮੇਰੇ ਹਿਸਾਬ ਨਾਲ ਜਿੱਦਾਂ ਲੋਕੀ ਮੰਗਦੇ ਨੇ, ਪਹਿਲੀ ਗੱਲ ਤਾਂ ਉਹੀ ਚੀਜ਼ ਮਾਰਕੀਟ ਦੇ ਵਿੱਚ ਆਉਂਦੀ ਹੈ, ਉਹੀ ਕਬੂਲੀ ਜਾਂਦੀ ਹੈ। ਔਰ ਫਿਲਮ ਦੇ ਵਿੱਚ ਅਗਰ ਕਹੀਏ ਕਿ ਦੇਵ ਖਰੌੜ ਦੇ ਨਾਲ ਨਾਲ ਹੋਰ ਬਹੁਤ ਸਾਰੀ ਮਸ਼ਹੂਰ ਕਾਸਟ ਦੇਖਣ ਨੂੰ ਮਿਲੇਗੀ। ਔਰ ਜਿਹੜਾ ਫਿਲਮ ਦਾ ਹੁਣ ਆਪਾਂ ਗੱਲ ਆਉਣੀ ਹੈ ਕਿਤਾਬ ਦੇ ਉੱਪਰ, ਫਿਲਮ ਤੋਂ ਪਹਿਲਾਂ ਕਿਤਾਬ ਤੁਸੀਂ ਇਹ ਲਿਖੀ ਸੀਗੀ ਲੋਕਾਂ ਦੇ ਵਿੱਚ, ਉਹਦਾ ਨਾਮ ਸੀ ਸ਼ਰਾਰਤੀ ਤੱਤ। ਹਾਂਜੀ ਕਿਤਾਬ ਦੀ ਨੂੰ ਲੈ ਕੇ ਅੱਗੇ ਕੀ ਪ੍ਰੋਗਰੈਸ ਹੈ, ਕੀ ਸੋਚਿਆ ਕਿ ਕਿਤਾਬ ਨੂੰ ਅਸੀਂ ਕੀ ਕਰਨਾ ਹੈ, ਜਾਂ ਕੁਛ ਤੁਹਾਨੂੰ ਉਸਨੇ ਹੋਰ ਅੱਗੇ ਸੋਚਿਆ ਹੋਵੇ ਕਿ ਇਸ ਨੂੰ ਲੈ ਕੇ ਮੈਨੇ ਹੋਰ ਅੱਗੇ ਕਿਤੇ ਪਹੁੰਚਾਉਣੀ ਹੈ? ਨਹੀਂ ਭਾਜੀ, ਕਿਤਾਬ ਦੀ ਜਿਹੜੀ ਮਤਲਬ ਆਪਾਂ ਉਨੇ ਜੋਗੇ ਨਹੀਂ ਸੀ ਜਿੰਨੀ ਉਹਦੀ ਮਤਲਬ ਜਿੰਨਾ ਉਹਦਾ ਰਿਸਪੌਂਸ ਹੈ। ਉਹਦੀਆਂ 7,000 ਕਾਪੀਆਂ ਮਤਲਬ ਸੇਲ ਹੋ ਗਈਆਂ ਪੰਜਾਬੀ 'ਚ, ਕਿਸੇ ਹਾਂਜੀ ਨਵੇਂ ਲੇਖਕ ਦੀਆਂ 700 ਕਾਪੀਆਂ ਵੀ ਸੇਲ ਬਹੁਤ ਔਖੀਆਂ ਹੁੰਦੀਆਂ ਨੇ, ਹੈ ਨਾ, ਬਹੁਤ ਜਿਹੜੇ ਵੱਡੀ ਵਧੀਆ ਗੱਲ ਹੈ। ਲਿਖਦੇ। ਹਾਂਜੀ ਹਾਂ, ਇਹ ਸੱਤ ਹਾਂਜੀ ਹਜ਼ਾਰ ਕਾਪੀ ਆਪਾਂ ਨੂੰ ਉਹਦਾ ਰਿਸਪੌਂਸ ਹੈ ਜਿਹੜਾ ਉਹ ਤਾਂ ਬਹੁਤ ਹੈ। ਰੋਜ਼ ਭਾਜੀ ਫੋਨ ਆਉਂਦੇ ਨੇ, ਅੱਜ ਵੀ ਤਿੰਨ ਠੀਕ ਚਾਰ ਹੈ ਫੋਨ ਆਏ ਨੇ, ਕਈ ਵਾਰ ਫੋਨ ਰਾਤ ਨੂੰ ਆ ਜਾਂਦਾ ਕਿ ਵੀਰੇ 12-1 ਵਜੇ ਵੀ, ਹੈ ਨਾ, ਕਿ ਵੀਰੇ ਵੀ ਊ ਹਾਂਜੀ ਹਾਂਜੀ ਸੌਰੀ ਮੈਂ ਨਹੀਂ ਕਰਨਾ ਸੀ, ਪਰ ਮੈਥੋਂ ਰਿਹਾ ਨਹੀਂ ਗਿਆ, ਮੇਰਾ ਤੇਰੇ ਨਾਲ ਗੱਲ ਕਰਨ ਨੂੰ ਜੀ ਕਰਦਾ ਸੀ, ਤੇਰੀ ਕਿਤਾਬ ਲਾਸਟ ਪੇਜ ਪੜਿਆ, ਹੈ ਨਾ, ਉਹ ਆਪਾਂ ਨੂੰ ਮਤਲਬ ਉਸ ਹਾਂਜੀ ਪੱਖੋਂ ਬਹੁਤ ਬਹੁਤ ਕਿਰਪਾ ਕਹਿ ਸਕਦੇ ਆਪਾਂ, ਹੈ ਨਾ, ਬਹੁਤ ਕਿਰਪਾ। ਬਿਲਕੁਲ ਤੇ ਸੰਤੁਸ਼ਟੀ ਮਿਲਦੀ ਹੈ, ਹਾਂ ਬੜੀ ਅੱਛੀ ਗੱਲ ਹੈ। ਬਹੁਤ ਬਹੁਤ ਮੈਨੂੰ ਕੋਈ ਕਹਿੰਦਾ ਸੀ ਗੁਰਪ੍ਰੀਤ ਢਿੱਲੋਂ ਹੈ ਉੱਥੋਂ, ਆਲੋਚਕ ਹੈ ਬੁਲਾਡੇ ਤੋਂ, ਹਾਂਜੀ ਬੁਲਾਡੇ ਕਾਲਜ ਤੋਂ ਨੇ, ਉਹ ਕਹਿੰਦੇ ਵੀ ਤੇਰੀ ਕਿਤਾਬ ਵੱਡੇ ਉਹਨਾਂ ਨੇ ਵੀ ਪੜ੍ਹੀ, ਆਲੋਚਕਾਂ ਨੇ ਵੱਡੇ ਹਾਂਜੀ ਵਿਦਵਾਨਾਂ ਨੇ ਵੀ, ਉਹਨਾਂ ਨੇ ਗੱਲ ਨਹੀਂ ਪਰ ਕਰੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀਰੇ ਵੀ ਮੈਂ ਉਹਨਾਂ ਲਈ ਲਿਖੀ ਉਹ ਨਹੀਂ, ਮੈਂ ਉਹਨਾਂ ਉਹ ਹਾਂਜੀ ਮੇਰੀ ਮੈਂ ਸੋਚਾਂ ਗੱਲ ਕਰਨੀ, ਹੈ ਨਾ, ਵੀ ਜਿਹਨਾਂ ਲਈ ਮੈਂ ਲਿਖੀ ਆ ਉਹ ਮੇਰੇ ਨਾਲ ਬਹੁਤ ਗੱਲ ਕਰਦੇ ਨੇ, ਉਹ ਮਤਲਬ ਠੀਕ ਹੈ ਜੀ ਸਵੇਰੇ ਸ਼ਾਮ ਨੂੰ ਉਹਨਾਂ ਦੇ ਫੋਨ ਆਉਂਦੇ ਨੇ। ਤੇ ਹਾਂਜੀ ਦੂਜਾ ਹਾਂਜੀ ਸੀ ਇੱਕ ਸੀ ਇਹਦੇ ਕਿਤਾਬ ਬਾਰੇ ਕਿ ਇਹਦੀ ਨਾ ਹਿੰਦੀ 'ਚ ਡਿਮਾਂਡ ਸੀ, ਜਿਹੜੇ ਮੇਰੇ ਮਿੱਤਰ ਆਊਟ ਆਫ ਸਟੇਟ ਰਹਿੰਦੇ ਨੇ, ਹਾਂਜੀ ਜਿਨ੍ਹਾਂ ਨੇ ਰੀਹੈਬ ਸੈਂਟਰ ਖੋਲ੍ਹੇ ਹੋਏ ਨੇ, ਜਿਹੜੇ ਮੇਰੇ ਜਾਣਕਾਰ ਨੇ, ਹਾਂਜੀ ਜਾਂ ਕਬੱਡੀ ਕਬੱਡੀ ਸਮੇਂ ਤੋਂ, ਹੈ ਨਾ, ਉਹ ਕਹਿੰਦੇ ਸੀ ਹਾਂਜੀ ਸਾਨੂੰ ਹਾਂਜੀ ਹਿੰਦੀ ਚਾਹੀਦੀ ਹੈ, ਜਾਂ ਜਿਹੜਾ ਹਾਂਜੀ ਸ਼ਹਿਰੀ ਸ਼ਹਿਰ ਦਾ ਟਿਪੀਕਲ ਸ਼ਹਿਰੀ ਆ ਲੁਧਿਆਣਾ ਅੰਮ੍ਰਿਤਸਰ, ਹਾਂਜੀ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹਿੰਦੀ ਵਾਲੇ ਨੇ, ਹੈ ਨਾ, ਉਹ ਕਹਿੰਦੇ ਸੀ ਸਾਨੂੰ ਹਾਂਜੀ ਹਿੰਦੀ 'ਚ ਚਾਹੀਦਾ ਕਿਉਂਕਿ ਇਹ ਬਿਮਾਰੀ ਇਕੱਲੀ ਪੰਜਾਬ 'ਚ ਨਹੀਂ ਹੈਗੀ, ਮਤਲਬ ਹਾਂਜੀ ਜਿਹੜਾ ਮੈਸੇਜ ਦੀ ਲੋੜ ਹੈ। ਤੇ ਫਿਰ ਉਹ ਹਾਂਜੀ ਹਾਂਜੀ ਮੈਨੂੰ ਇਹ ਕਿ ਉਹ ਮਤਲਬ ਉਹਦੇ ਲਈ ਮੈਂ ਹੀ ਲਿਖਾਂ, ਮਤਲਬ ਉਹਨੂੰ ਮੈਂ ਹੀ ਲਿਖਾਂ ਕਿਉਂ, ਹਾਂ, ਦੂਜਾ ਅਨੁਵਾਦ ਅਨੁਵਾਦ ਹੀ ਹੁੰਦਾ, ਹੈ ਨਾ, ਮੈਨੂੰ ਇਹ ਸੀ ਮੈਂ ਹੀ ਰੀਰਾਈਟ ਕਰਾਂ ਉਹਨੂੰ ਉਹ ਚੀਜ਼ ਨੂੰ। ਪਰ ਉਹ ਹਿੰਦੀ ਦੀ ਫਿਰ ਜਿਹੜੀ ਉਹ ਵਿਆਕਰਨ ਦੀ ਸਮੱਸਿਆ, ਮੈਨੂੰ ਹੁਣ 10ਵੀਂ 'ਚ ਛੱਡੀ ਹੋਈ ਹੈ ਹਿੰਦੀ, ਹੈ ਨਾ,
ਬਹੁਤ ਸਾਲ ਹੋ ਗਏ। ਹਾਂਜੀ ਫਿਰ ਉਹ ਕਿਸੇ ਇੱਕ ਹਾਂਜੀ ਕੁੜੀ ਹੈ ਮਨਦੀਪ, ਮਨਦੀਪ ਹੈ, ਉਹਨੇ ਨਾਲ ਲੱਗ ਕੇ 2 ਸਾਲ ਤੋਂ ਅਸੀਂ ਉਹਨੂੰ ਮਤਲਬ ਉਹਤੇ ਲੱਗੇ ਹੋਏ ਹਾਂ। ਉਹ ਹੁਣ 1-2 ਦਿਨਾਂ 'ਚ ਪਬਲਿਸ਼ ਹੋ ਜੂਗੀ। ਬਹੁਤ ਮਿਹਨਤ ਹੋਈ ਆ ਉਹਦੇ 'ਤੇ। ਬਹੁਤ ਮੁਬਾਰਕਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਤੋਂ ਇਹ ਕਹਾਣੀ ਸ਼ੁਰੂ ਕੀਤੀ ਹੈ ਤੇ ਹਿੰਦੀ ਦੇ ਵਿੱਚ ਜਾਣੀ ਹੈ, ਤੇ ਮੈਨੂੰ ਲੱਗਦਾ ਫਿਰ ਹੋਰ ਜਿੱਥੇ ਜਿੱਥੇ ਹਿੰਦੀ ਪੜ੍ਹੀ ਜਾਣੀ ਹੈ, ਸੁਣੀ ਜਾਣੀ ਹੈ, ਤੇ ਗੱਲ ਹੈ ਕਿਉਂਕਿ ਮੈਸੇਜ ਦੇਣ ਵਾਲਾ ਕੰਟੈਂਟ ਹੈ ਸ਼ਾਇਦ ਇੱਕ। ਹਮੇਸ਼ਾ ਬੰਦਾ ਕਹਿੰਦਾ ਲਾਈਫ ਦੇ ਵਿੱਚ ਮੈਂ ਕੈਸਾ ਕੰਮ ਕਰਾਂ ਮੈਨੂੰ ਦੁਨੀਆ ਆਜ਼ਾਦ ਕਰੇ। ਸੋ ਇਹ ਉਹ ਕੰਮ ਹੈ ਕਿ ਤੁਸੀਂ ਆਪਦੇ ਆਪ ਨਹੀਂ ਕਰਿਆ, ਪਰਮਾਤਮਾ ਨੇ ਕਰਾਤਾ। ਸੋ ਬਹੁਤ ਅੱਛਾ ਜੀ, ਮਤਲਬ ਸ਼ੁਭਕਾਮਨਾਵਾਂ ਤੁਹਾਨੂੰ ਇਸ ਕਿਤਾਬ ਦੇ ਲਈ ਔਰ ਆਉਣ ਵਾਲੀ ਫਿਲਮ ਦੇ ਲਈ, ਤੇ ਮੈਨੂੰ ਲੱਗਦਾ ਸਾਰੇ ਵਰਗੀ ਪੂਰੇ ਕਰ ਲਏ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਆਡੀਅੰਸ ਹੈ। ਕਿਤਾਬਾਂ ਪੜ੍ਹਨ ਵਾਲੀ ਆਡੀਅੰਸ ਤੱਕ ਫਿਲਮਾਂ ਪਹੁੰਚਾਉਣੀਆਂ ਥੋੜੀਆਂ ਜਿਹੀਆਂ ਚੈਲੰਜਿੰਗ ਹੋ ਜਾਂਦੀਆਂ ਨੇ, ਤੇ ਫਿਲਮਾਂ ਵਾਲਿਆਂ ਕੋਲੇ ਕਿਤਾਬ ਪਹੁੰਚਾਉਣੀ ਬੜੀ ਚੈਲੰਜਿੰਗ ਹੋ ਜਾਂਦੀ ਹੈ। ਤੇ ਜੇ ਤੁਸੀਂ ਇਹ ਸਾਰੇ ਪੱਖੀ ਕਵਰ ਕਰ ਲਏ ਤਾਂ ਆਈ ਥਿੰਕ ਇਜ਼ ਅ ਗੁੱਡ ਵੇ, ਕਿਉਂਕਿ ਬੜੀਆਂ ਅਸੀਂ ਅੰਗਰੇਜ਼ੀ ਦੇ ਵਿੱਚ ਫਿਲਮਾਂ ਦੇਖੀਆਂ ਨੇ ਕਿ ਉਹਨਾਂ ਦੇ ਨਾ ਨਾਲ ਨਾਲ ਕਿਤਾਬ ਵੀ ਛਪ ਜਾਂਦੀ ਹੈ, ਫਿਲਮ ਵੀ ਬਣ ਜਾਂਦੀ ਹੈ, ਤੇ ਉਹਦੇ ਹੋਰ ਤਰ੍ਹਾਂ ਜਿਸ ਤਰੀਕੇ ਦੇ ਨਾਲ ਉਹ ਫਿਲਮ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾ ਸਕੇ, ਉਹ ਇੱਕ ਪੈਟਰਨ ਹੈ। ਸੋ ਬਹੁਤ ਅੱਛਾ ਪੈਟਰਨ ਹੈ, ਤੁਸੀਂ ਵੀ ਕਹਿੰਦੇ ਨੇ ਸ਼ੁਰੂਆਤ ਕੀਤੀ ਹੈ, ਸੋ ਮੈਂ ਸਾਨੂੰ ਬੜੀ ਖੁਸ਼ੀ ਹੈ ਜੀ ਇਸ ਗੱਲ ਦੀ। ਤੇ ਜਾਣ ਲੱਗੇ ਅੱਜ ਇਸ ਦੇ ਅੰਤ ਦੇ ਵਿੱਚ ਕਹਿੰਦੇ ਨੇ ਵਿਦਾ ਲੈਣ ਲੱਗੇ ਹਾਂ ਤੁਹਾਡੇ ਤੋਂ, ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋ ਤਾਂ। ਮੈਸੇਜ ਨਹੀਂ ਭਾਜੀ, ਬੇਨਤੀ ਇੱਕ ਜ਼ਰੂਰ ਹੈ। ਹਾਂਜੀ, ਬੇਨਤੀ ਇਹ ਹੈ ਕਿ ਜੇ ਤੁਸੀਂ ਡਰਿੰਕ ਕਰਦੇ ਹੋ, ਕੋਈ ਵੀ ਤੁਹਾਡੇ ਘਰਾਂ 'ਚ ਤੁਸੀਂ ਤੁਸੀਂ ਸੋਸ਼ਲ ਡਰਿੰਕਰ ਹੋ, ਵੈਲ ਸੈਟਲ ਹੋ, ਤੇ ਪਰ ਤੁਸੀਂ ਬੱਚਿਆਂ ਦੇ ਸਾਹਮਣੇ ਸ਼ਰਾਬ ਨਾ ਪੀਓ, ਨਾ ਆਪਣੇ ਬੱਚੇ ਸਾਹਮਣੇ ਨਾ ਕਿਸੇ ਦੇ ਬੱਚੇ ਸਾਹਮਣੇ, ਕਿਉਂਕਿ ਉਹ ਬੱਚੇ 'ਚ ਪਤਾ ਨਹੀਂ ਉਹ ਬੱਚਾ ਦੇਖਣ ਵਾਲਾ ਜਿਹੜਾ ਉਹ ਮੰਗਾ ਸਿੰਘ ਹੈ ਨਾ, ਜਾਂ ਕੋਈ ਹੋਰ ਹੈ ਜਿਹਨੇ ਉਹਨੂੰ ਛੱਡ ਦੇਣਾ। ਕੁਛ ਬੱਚੇ ਮੇਰੇ ਵਰਗੇ ਹੋਣਗੇ ਜਿਹੜੇ ਕਹਿਣਗੇ ਕਿ ਇਹ ਅੰਕਲ ਜਾਂ ਪਾਪਾ ਬੜੇ ਸੈੱਟ ਨੇ, ਇਹ ਕਾਮਯਾਬ ਨੇ, ਹੈ ਨਾ। ਜਦੋਂ ਕਾਮਯਾਬ ਬੰਦਾ ਇਸ ਚੀਜ਼ ਨੂੰ ਪੀਂਦਾ ਤਾਂ ਫਿਰ ਮੈਂ ਕਿਉਂ ਨਹੀਂ ਪੀ ਲੈਂਦਾ, ਤਾਂ ਮੇਰੇ ਲਈ ਵੀ ਇਹ ਵਧੀਆ, ਹੈ ਨਾ। ਅਤੇ ਫਿਰ ਉਹ ਵੀ ਛੋਟੀ ਮੋਟੀ ਪਾਰਟੀ, ਛੋਟੀ ਮੋਟੀ ਕਾਮਯਾਬੀ ਤੋਂ ਬਾਅਦ ਉਹ ਮਤਲਬ ਉਹਨੂੰ ਪੀਊਗਾ, ਜਾਂ ਉਹਦੇ ਲਈ ਆਪਾਂ ਖੁੱਲ੍ਹ ਛੁੱਟੀ ਦਿੱਤੀ, ਫਿਰ ਉਹ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਭਾਜੀ। ਮਤਲਬ ਡਰਿੰਕ ਤੋਂ ਹੀ ਜ਼ਿਆਦਾ ਕਰਕੇ ਪੰਜਾਬੀ ਲੋਕ ਨੇ, ਜਿਹੜੇ ਪੇਂਡੂ ਲੋਕ ਨੇ, ਜ਼ਿਮੀਂਦਾਰ ਭਾਈ ਭਾਈਚਾਰੇ 'ਚੋਂ ਨੇ, ਖਾਸ ਕਰਕੇ ਪੇਂਡੂ, ਇਹ ਸ਼ਰਾਬ ਤੋਂ ਹੀ ਸ਼ੁਰੂਆਤ ਹੁੰਦੀ ਹੈ। ਅਤੇ ਇਹ ਹੈ ਕਿ ਜੇ ਤੁਸੀਂ ਨਹੀਂ ਛੱਡ ਸਕਦੇ, ਤੁਸੀਂ ਘੱਟੋ ਘੱਟ ਉਹਨੂੰ ਐਂ ਚਮਕਾ ਕੇ ਨਾ ਪੀਵੋ ਜਿਵੇਂ ਦੁੱਧ ਪੀਂਦੇ ਹੁੰਦੇ ਆ, ਬਸ ਉਹਨੂੰ ਚੋਰੀ ਤੋਂ ਪੀ ਲਓ ਜਾ ਕੇ। ਹਾਂ, ਥੈਂਕ ਯੂ। ਮੈਂ ਸਮਝ ਗਿਆ, ਛੋਟੇ ਬੂਟੇ ਨੂੰ ਜੜਾਂ ਵਿੱਚ ਇਸ ਤਰ੍ਹਾਂ ਦਾ ਪਾਣੀ ਨਾ ਪਾਓ ਤਾਂ ਕਿ ਵੱਡੇ ਹੋ ਕੇ ਉਹਨੂੰ ਇਸ ਜ਼ਹਿਰ ਦੀ ਆਦਤ ਪੈ ਜਾਏ। ਸੋ ਬੜੇ ਖੂਬਸੂਰਤ ਮੈਸੇਜ ਦੇ ਨਾਲ ਅਸੀਂ ਵਿਦਾ ਲੈਂਦੇ ਹਾਂ ਜੀ। ਮੰਗਾ ਸਿੰਘ ਅੰਤਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸ਼ੁਭਕਾਮਨਾਵਾਂ ਤੁਹਾਨੂੰ ਆਉਣ ਵਾਲੀ ਫਿਲਮ ਡਾਕੂਆਂ ਦਾ ਮੁੰਡਾ 2 ਦੇ ਨਾਲ, ਔਰ ਉਸਦੇ ਨਾਲ ਜਿਹੜੀ ਤੁਹਾਡੀ ਕਿਤਾਬ ਹੈ ਹਿੰਦੀ ਦੇ ਵਿੱਚ। ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦੀ ਡਿਮਾਂਡ ਵਧੇ ਤੇ ਸਾਨੂੰ ਇੱਕ ਵਾਰ ਫੇਰ ਇੰਟਰਵਿਊ ਕਰਨ ਦਾ ਮੌਕਾ ਮਿਲੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।